ਆਪਣੀਆਂ ਮਾਸੂਮ ਤੇ ਕਪੱਤੀਆਂ ਭੈਣਾਂ ਨੂੰ ਸੇਵੀਆਂ ਨਾ ਬਣਾਉਣ ਦੇ ਤਰੀਕੇ ਤੇ ਬਹਾਨੇ ਦੱਸਾਂਗੀ। ਹਰ ਈਦ ਤੇ ਬੰਦਿਆਂ ਨੂੰ ਇੱਕ ਹੀ ਕੰਮ ਹੁੰਦਾ ਹੈ ਕਿ ਜਿੱਦਾਂ ਹੀ ਉਹ ਈਦ ਦੀ ਨਮਾਜ਼ ਪੜ੍ਹ ਕੇ ਆਉਣ, ਉਹਨਾਂ ਦੇ ਸਾਹਮਣੇ ਸੇਵੀਆਂ ਦਾ ਵੱਡਾ ਡੋਂਗਾ ਭਰਿਆ ਹੋਵੇ, ਐਡੇ ਤੁਸੀਂ ਜੰਗ ਤੋਂ ਵਾਪਸ ਆਏ ਆ। ਜੇ ਈਦ ਤੇ ਸਾਰਾ ਪਾਕਿਸਤਾਨ ਬੰਦ ਹੋ ਸਕਦਾ ਹੈ ਤੇ ਕਿਚਨ ਬੰਦ ਕਰਦਿਆਂ ਮੌਤ ਪੈਂਦੀ ਆ। ਟੋਟਕਾ ਨੰਬਰ 1 ਕ ਵੱਡਾ ਰੈਂਚ ਲੈ ਕੇ ਪਿੱਛੋਂ ਗੈਸ ਦਾ ਮੀਟਰ ਹੀ ਬੰਦ ਕਰ ਦਿਓ। ਦੂਜਾ ਟੋਟਕਾ, ਜੇ ਸੇਵੀਆਂ ਬਣਾਉਣੀਆਂ ਪੈ ਹੀ ਜਾਣ ਤੇ ਉਹਦੇ ਅੱਧਾ ਕਿਲੋ ਲੂਣ ਪਾ ਦਿਓ ਤਾਂ ਕਿ ਬੰਦੇ ਦਾ ਹਮੇਸ਼ਾ ਲਈ ਦਿਲ ਖੱਟਾ ਹੋ ਜਾਏ। ਗਾਂ ਤਾਂ ਫਿਰ ਸੇਵੀਆਂ ਨਹੀਂ ਮੰਗਦਾ ਬਲਕਿ ਬੁੱਢੀ ਦੇ ਪੈਰਾਂ ਨੂੰ ਹੱਥ ਲਾ ਕੇ ਮਾਫ਼ੀ ਮੰਗੇਗਾ। ਤੀਸਰਾ ਤੇ ਸਭ ਤੋਂ ਅਹਿਮ, ਤੁਹਾਡੀ ਭੈਣ ਦਾ ਅਜ਼ਮਾਇਆ ਹੋਇਆ ਟੋਟਕਾ ਕਿ ਈਦ ਤੇ ਬੰਦੇ ਨਾਲ ਫੱਡਾ ਪਾ ਲਓ ਕਿ ਮਾਮਾ ਇਹ ਦੱਸ ਵਿਆਹ ਕਰਨ ਲਈ ਤੈਨੂੰ ਮੈਂ ਹੀ ਲੱਭੀ ਸੀ।